E mammo tale va stiamo bene. ਅੱਲਾਹ ਤਾਲਾ ਤੁਸਾਂ ਕੀ ਆਬਾਦ ਅਤੇ ਸ਼ਾਦ ਰੱਖੇ ਅਤੇ ਅੱਲਾਹ ਢੇਰ ਸਾਰੀਆਂ ਖੁਸ਼ੀਆਂ ਦੇਵੇ ਅਤੇ ਅੱਲਾਹ ਸਾਰਿਆਂ ਕੀ ਆਪਣੀ ਇਫਸੋ ਮਾਨ ਵਿੱਚ ਰੱਖੇ। ਯਕੀਨ ਕਰੋ ਰਾਤੀ ਤੁਸਾਂ ਕੀ ਕੱਲ੍ਹ ਬਾਇਆ ਸਾ ਸਾਡੇ ਭਾਈ ਅਸ਼ਰਫ ਹੋਰਾਂ ਦੀ ਜਿਹੜੀ ਇਹਨਾਂ ਸੱਸ ਫੋਤ ਹੋਈ ਗਈ ਸੀ ਅਤੇ ਉਹਨਾਂ ਨੇ ਇੰਗਲੈਂਡ ਜਾਣ ਦੀ ਤਿਆਰੀ ਵੀ ਹੋਈ ਵੀ ਸੀ ਪੱਕੀ। ਹੁਣ ਉਹ ਜੁਲੇ ਸਨ ਇੰਗਲੈਂਡ ਅਤੇ 2 ਤਰੀਕ ਦੇ ਲਵੇ ਜਾਣਾ ਅਤੇ ਰਾਤੇ ਹੀ ਨਹੀਂ ਉੱਥੇ ਹੀ ਫਿਰ ਮੈਂ ਰਾਤੀ ਰਹੀ ਹਾਂ। ਅੱਜ ਮੈਂ ਸੁਬਾ ਸੁਬਾ ਆਈ ਹਾਂ, ਤੁਸਾਂ ਪਤਾ ਕੱਲਾ ਨਹੀਂ ਬਾਰਿਸ਼ ਸ਼ੁਰੂ ਹੋਈ ਵੀ ਕੱਲ੍ਹ ਪੂਰੀ ਦਿਹਾੜ ਜਿਸ ਟਾਈਮ ਵੀ ਮਾਂ ਬੁੱਢੀ ਰੂਹ ਉੱਡ ਰਿਹਾ ਉਸੇ ਟਾਈਮ ਬਾਰਿਸ਼ ਸ਼ੁਰੂ ਹੋਈ ਵੀ ਕੱਲਾ ਨਹੀਂ ਸ਼ੁਰੂ ਹੋਈ ਵੀ ਥੋੜ੍ਹਾ ਜਿਹਾ ਵਕਫਾ ਆਇਆ ਫਿਰ ਬਾਰਿਸ਼ ਅਤੇ ਇਹ ਤੱਕੀ ਸਕਿੰਨੇ ਹੋ ਤੁਸਾਂ ਸੁਬਾ ਨਹੀਂ ਬੋਲਿਆ ਫਿਰ ਬਾਰਿਸ਼ ਸ਼ੁਰੂ ਹੋਈ ਵੀ ਹੈ। ਮੈਂ ਆਜ਼ਮ ਸਾਹਿਬ ਹੋਰਾਂ ਕੀ ਆਖਿਆ ਮੈਂ ਸਾਹਿਬ ਜੀ ਜੁਲੋ ਵੀ ਕੀ ਘਰ ਛੋੜੀਏ ਛੋ ਜੇ ਕਿਆਂ ਮੈਂ ਰਾਤੀ ਪੂਰੀ ਰਾਤ ਪੜ੍ਹਨੇ ਵਾਲੇ ਤਾਂ ਮਾਸ਼ਾਅੱਲਾ ਜੋ ਅਸਾਂ ਨੇ ਨਸੀਬਾਂ 'ਚ ਸਾਂ ਅਸਾਂ ਪੜ੍ਹਿਆ ਤਾਂ ਮਾਸ਼ਾਅੱਲਾ ਉਹਨਾਂ ਪੜ੍ਹਨੇ ਵਾਲੇ ਬੱਚੇ ਸੱਦੇ ਹੋਏ ਸਨ ਅਤੇ ਬੱਚੇ ਪੂਰੀ ਰਾਤ ਫਿਰ ਤੁਸਾਂ ਪਤਾ ਮਾਤਮ ਵਾਲੇ ਘਰ ਕਿੱਥੇ ਬੰਦੇ ਕੀ ਕੋਈ ਇੱਧਰ ਉੱਧਰ ਕੋਈ ਇੱਧਰ ਚੀਜ਼ ਦਿਓ ਕੋਈ ਚਲੋ ਦਿੱਤੀ ਨਹੀਂ ਹੈ ਚਲੋ ਹੈਲਪ ਨਹੀਂ ਕੋਈ ਕੀਤੀ ਕੋਈ ਚੀਜ਼ ਪੁੱਛਿਆ ਕੋਈ ਕਿਸੇ ਕੀ ਯਾਦ ਕਰਾਈ ਉਹ ਚੀਜ਼ ਰੱਖਣੀ ਨੇ ਉਹ ਚੀਜ਼ ਦਿਓ ਬੱਚਿਆਂ ਕੀ ਚਾਹ ਦਿਓ ਬੱਚਿਆਂ ਕੀ ਇਹ ਚੀਜ਼ ਬੱਚੇ ਫਿਰ ਜ਼ਹਿਰ ਜਿਹੜੇ ਪੜ੍ਹਨੇ ਵਾਲੇ ਉਹਨਾਂ ਨੇ ਪੜ੍ਹਨੇ ਵਾਲਿਆਂ ਬੱਚਿਆਂ ਕੀ ਉਹਨਾਂ ਦੀ ਖਿਦਮਤ ਸਹੀ ਨਾ ਕੀਤੀ ਜਾਏ ਤਾਂ ਪਤਾ ਹੀ ਫਿਰ ਰੂਹ ਹੈ ਕਿ ਵੀ ਉਹ ਵੀ ਰੂਹ ਵੀ ਫਟਕਣੀ ਜੇ ਤੱਕ ਉਹ ਮਾੜੇ ਬੱਚੇ ਪੜ੍ਹਨੇ ਵਾਲੇ ਆਏ ਤਾਂ ਕੋਈ ਖਾਣਾ ਸਹੀ ਸਵਾਦੇ ਨਹੀਂ ਉਹਨੇ ਬੱਚਿਆਂ ਦੀ ਖਾਸ ਖਿਦਮਤ ਕਰਨੀ ਚਾਹੀਦੀ ਹੈ। ਜਿਹੜੇ ਪੜ੍ਹਨੇ ਵਾਲੇ ਪੂਰੀ ਰਾਤ ਜਿਹੜੇ ਬੱਚੇ ਪਈ ਪੜ੍ਹਨੇ ਨੇ ਉਹਨਾਂ ਨਾਲ ਵੀ ਬੜਾ ਹੌਸਲਾ ਹੋਣਾ। ਅਸਾਂ ਤਾਂ ਥੋੜ੍ਹੀ ਜਿਹੀ ਦੇਰ ਪੜ੍ਹਿਆ ਤਾਂ ਬੱਚੇ ਆਈਏ ਫਿਰ ਉਹਨਾਂ ਪੜ੍ਹਿਆ ਤਾਂ ਮੈਂ ਫਿਰ ਸੁਬਾ ਸੁਬਾ ਆਈ ਹਾਂ। ਮੈਂ ਆਖਿਆ ਜੁਲੋ ਵੀ ਕੀ ਨਹੀਂ ਜੁਲੋ ਜੇ ਤੁਸੀਂ ਪਤਾ ਮੈਂ ਰਾਤੀ ਪੂਰੀ ਰਾਤ ਬੈਠੀ ਰਹੀ ਹਾਂ ਇਹ ਤੱਕੀ ਸਕਦੇ ਇਹ ਤੱਕੋ ਪੂਰਾ ਪੈਰ ਮਾੜਾ ਜਿਹੜਾ ਰਾਤੀ ਮੈਂ ਉਹਨਾਂ ਨੇ ਅੰਦਰ ਹੀ ਵੀ ਨਹੀਂ ਸੁੱਤੀਆਂ ਜਕੀਆਂ ਉੱਥੇ ਉਹਨਾਂ ਸਾਰਿਆਂ ਏਸੀ ਲਾਏ ਹੋਏ ਸਨ ਅਤੇ ਮੈਂ ਆਖਿਆ ਮੈਂ ਨਾ ਬਾਹਰ ਮੈਂ ਬਾਹਰ ਹੀ ਬਰਾਂਡੇ 'ਚ ਹੀ ਬੈਠੀ ਰਹੀ ਹਾਂ ਕੱਪੜਾ ਪਲੇਟੀ ਰਾਤੀ ਦਾ ਮੌਸਮ ਸਹੀ ਸੀ ਉਹ ਨਾ ਉਹਨਾਂ ਏਸੀ ਲਾਏ ਹੋਏ ਸਨ ਤਾਂ ਮੈਂ ਫਿਰ ਬਾਹਰ ਬਰਾਂਡੇ 'ਚ ਬੜੀਆਂ ਮਿੰਨਤਾਂ ਕੀਤੀਆਂ ਨੇ ਬਾਜੀ ਚੰਗਾ ਨਹੀਂ ਲੱਗਣਾ ਤੁਸੀਂ ਬਾਹਰ ਬਰਾਂਡੇ 'ਚ ਬੈਠੇ ਰਹੋ ਪੂਰੀ ਰਾਤ ਮੈਂ ਹੈ ਕੋਈ ਗੱਲ ਨਹੀਂ ਮੈਂ ਅੰਦਰ ਨਾ ਜਾਣੀ ਹਾਂ ਜਕੀਆਂ ਜ਼ਹਿਰ ਉਹਨਾਂ ਨੇ ਬੱਚੇ ਸਾਨੂੰ ਹੁਣ ਏਸੀ ਤੋਂ ਬਗੈਰ ਤਾਂ ਨਹੀਂ ਸਹੀ ਸਕਣੇ ਸਨ ਤਾਂ ਮੈਂ ਫਿਰ ਆਖਿਆ ਵੀ ਕਿ ਛੋੜੀ ਅੱਛੋ ਤਾਂ ਹੁਣ ਜੈਸੀ ਹੁਣ ਸੁਬਾ ਆਈਆਂ ਤਾਂ ਫਿਰ ਉਸ ਟਾਈਮ ਥੋੜ੍ਹੀ ਜਿਹੀ ਬਾਰਿਸ਼ ਕੋ ਨਹੀਂ ਸੀ ਤਾਂ ਹੁਣ ਜੈਸੀ ਆਈਆਂ ਫਿਰ ਗੋਲੀ ਛੋਲੀ ਖਾਧੀ ਹੁਣ ਸਿਧਰਾ ਕੀ ਆਖਿਆ ਇੱਕ ਹੋਰ ਗੋਲੀ ਦੇ ਸਿਧਰਾ ਆਣੀਆਂ ਚਲੋ ਜੁਲੋ ਕਿਚਨਾਂ ਵਿੱਚ ਤੁਸਾਂ ਕਿਵੇਂ ਚਾਹ ਹੀ ਬਣਾਈ ਦੇਣੀ ਆ ਕੋਈ ਖਾਣੇ ਪੀਣੇ ਨਾ ਹੀ ਦੇਣੀ ਆ ਤੁਸੀਂ ਪਤਾ ਮਾਤਮਾ ਵਾਲੇ ਘਰੋਂ ਮਾੜੇ ਕੋਲ ਖਾਣ ਵੀ ਕੋ ਨਹੀਂ ਆਉਣਾ ਜਕੀਆਂ ਉਹ ਬਾਹਰ ਨਹੀਂ ਰੋਟੀ ਆਉਣੀ ਆ ਤਾਂ ਬਾਹਰ ਨਹੀਂ ਰੋਟੀ ਨਾਲ ਮੈਂ ਕੀ ਪੇਟੇ ਕੀ ਤਕਲੀਫ ਹੋਈ ਜਾਣੀ ਮੈਂ ਇਸ ਵਜ੍ਹਾ 'ਤੇ ਫਿਰ ਖਾਣੀ ਹੀ ਕੋਈ ਨਹੀਂ ਹੁਣ ਆਈ ਆ ਘਰ ਹੁਣ ਤੱਕਣੀਆਂ ਹੁਣ ਬਾਰਿਸ਼ ਵੀ ਹੈ ਤਾਂ ਜਾਣਾ ਵੀ ਫਿਰ ਦੁਬਾਰਾ ਲਾਜ਼ਮੀ ਹੈ ਯਕੀਆਂ ਉਹ ਸ਼ਦੀ ਘੱਲੀ ਹੈ ਜਿਸਨੀ ਮਾਂ ਫੋਤ ਹੋਈ ਹੈ ਇਤਨੀ ਯਕੀਨ ਕਰੋ ਕੁਰਲਾਣੀ ਆਖਣੀ ਹੈ ਜੰਮਿਆ ਆਪਣੀ ਅੰਮੀ ਨੇ ਕਿਆ ਖਿਦਮਤ ਕੀਤੀ ਮਾੜੀ ਅੰਮੀ ਕਿਸ ਤਰ੍ਹਾਂ ਆਏ ਸਾਡੇ ਨਾਲ ਫਿਰਨੇ ਤੁਰਨੇ ਅਤੇ ਮਾੜੀ ਅੰਮੀ ਅਤੇ ਜਿਨ੍ਹਾਂ ਨੇ ਮਿੱਟੀ ਨੀ ਮੁੱਠ ਪਾਕਿਸਤਾਨ ਵਿੱਚ ਲਿਖੀ ਵੀ ਆਉਣੀ ਹੈ ਨਾ ਮਾੜੀ ਅਤੀ ਉਹ ਆਪਣੇ ਮੁਲਕਾਂ ਵਿੱਚ ਲਿਖੀ ਵੀ ਆਉਣੀ ਹੈ ਤੱਕੀ ਕਿਣੋ ਹੱਸਣੇ ਖੇਡਣੇ ਦੌੜਨੇ ਦਾੜਨੇ ਆਏ ਪਾਕਿਸਤਾਨ ਫਿਰੇ ਟੁਰੇ ਆਪਣੇ ਘਰਾਂ 'ਚ ਉਸ ਦਰਵਾਜ਼ੇ ਖੋਲ੍ਹੇ ਅਜੇ ਮਿਸਤਰੀ ਰੰਗ ਮੰਗਵਾਏ ਨੇ ਆਪਣੇ ਘਰਾਂ ਕੀ ਰੰਗ ਕਰਾਉਣ ਲਈ ਸੀ ਮਾਂ ਬੁੱਢੀ ਬਸ ਢੱਟੀ ਢਹਿਣੇ ਨੇ ਬਾਣੇ ਨਾਲ ਤੱਕੋ ਅੱਜ ਉਸ ਇਸ ਦੁਨੀਆ ਪਰ ਗਈ ਚੱਲੀ ਹੈ ਉਸਨੇ ਮਿੱਟੀ ਨੀ ਮੁੱਠ ਜਿਹੜੀ ਸੀ ਨਾ ਆਪਣੇ ਮੁਲਕਾਂ ਵਿੱਚ ਸੀ ਜਕੀਆਂ ਉਸ ਉੱਥੋਂ ਨਾ ਰੋਜ਼ੀ ਪਾਣੀ ਮੁਕਾਈ ਤਾਂ ਇੱਥੇ ਪਾਕਿਸਤਾਨ ਆਈ ਸੀ ਤਾਂ 2 ਤਰੀਕ ਵਾਪਸੀ ਜਾਣਾ ਸਨ ਤਾਂ ਤੱਕੀ ਸਕਣੇ ਹੋ 2 ਤਰੀਕ ਤੋਂ ਪਹਿਲੇ ਹੀ ਅੱਲਾ ਨੇ ਹੁਣ ਕੋਸ਼ਿਸ਼ ਕਰਨੀ ਪਈ ਆ ਨਬੀਲ ਕੀ ਉਠਾਲਣੀ ਆ ਉਸ ਕੀ ਆਖਣੀ ਆ ਜੁਲ ਗੱਡੀ ਕਿਣੀ ਜੁਲ ਇੱਕ ਤਾਂ ਗੱਡੀ ਆ ਪਹਿਲੇ ਸਾਡੇ ਵੀ ਉਹ ਜਿਹੜੇ ਠੇਕੇਦਾਰ ਨੇ ਉਹ ਪਹਿਲੇ ਸੁੱਤੇ ਰਹੇ ਨੇ
ਨਾਲ ਗ੍ਰਾਂ ਚ ਮਾਤਮ ਹੋਈ ਗਈ ਸੀ, ਫਿਰ ਉਹਨਾਂ ਵੀ ਨੀ ਸੜਕ ਬਣਾਉਣ ਦਿੱਤੀ ਜੇ ਸਾਡੇ ਘਰ ਮਹਿਮਾਨ ਅੱਛਣੇ ਨਾ ਜੇ ਨਾ ਬਣਾਓ, ਅੱਜ ਬਣਾਉਣੇ ਪੈਣੇ ਅੱਜ, ਹੁਣ ਕਹਿ ਹੁਣ ਉਹ ਵੀ ਰਾਹ ਬੰਦ ਕੀਤਾ ਵਾ ਨੇ, ਤੇ ਤੱਕਣੇ ਆ ਫਿਰ ਕਿਹੜੀ ਸਾਡੂ ਕੋਈ ਰਸਤਾ ਲੱਭਣਾ, ਤੇ ਨਬੀਲ ਕੀ ਆਉਣੀ ਆ ਗੱਡੀ ਵਿੱਚ ਛੋੜੀ ਅਸੀਂ, ਤੇ ਉੱਥੇ ਲਾਜ਼ਮੀ ਜ਼ਰੂਰੀ ਹੈ ਜਾਣਾ, ਯਕੀਨ ਆ ਆਪਣੇ ਭੈਣਾਂ ਭਰਾਵਾਂ ਨਾਲ ਦੁੱਖ ਸੁੱਖ ਵੰਡੋ, ਆਪਣੇ ਭੈਣਾਂ ਭਰਾਵਾਂ ਨਾਲ ਦੁੱਖ ਸ਼ੇਅਰ ਕਰੋ, ਤੇ ਇਨਸਾਨ ਕੀ ਥੋੜ੍ਹਾ ਜਿਹਾ ਹੌਸਲਾ ਅਫਜ਼ਾਈ ਹੋਈ ਜਾਣਾ। ਅੱਲਾਹ ਤਾਲਾ ਸਾਰਿਆਂ ਕੀ ਤੋਫੀਕ ਦੇਵੇ, ਹਿੰਮਤ ਵੀ ਦੇਵੇ, ਅੱਲਾਹ ਤਾਲਾ ਸਿਹਤ ਵਾਲੀ ਜ਼ਿੰਦਗੀ ਵੀ ਦੇਵੇ, ਅਤੇ ਪਰੇਸ਼ਾਨੀਆਂ ਜਿਹੜੀਆਂ ਨੇ ਅੱਲਾਹ ਤਾਲਾ ਸਾਰਿਆਂ ਦੀਆਂ ਦੂਰ ਕਰੇ। ਅਤੇ ਚਲੋ ਹੁਣ ਜੁਲਨੇ, ਨਬੀਲ ਕੀ ਹੁਣ ਜੁਲੀਆਂ, ਨਬੀਲ ਕੀ ਆਖਣੀ, ਹੁਣ ਬਾਰਿਸ਼ ਵੀ ਬਾਹਰ ਲੱਗੀ ਹੋਈ ਹੈ, ਹੁਣ ਬਾਰਿਸ਼ 'ਚ ਜਾਂ ਕਿਵੇਂ? ਚਲੋ ਅੰਮੀ ਰਾਮਾ ਨਾਲ ਜਾਇਆ, ਮਾੜੀਓ ਧੀਓ ਤੇ ਮਾੜੀਓ ਭੈਣੋ, ਰਾਤੀ ਖਾਲੀ ਬਾਹਰ ਹੀ ਗਈਆਂ, ਇੱਕ ਰਾਤ ਹੀ ਰਹੀਆਂ ਕਿਸੇ ਨੇ ਘਰ, ਉਹ ਵੀ ਮਜਬੂਰੀ ਤੋਂ ਰਹਿਣੀ ਪਈ ਗਈ, ਜੇ ਕਿਸੇ ਨਾਲ ਲਾਜ਼ਮੀ ਸਾਥ ਤੱਕੋ ਨਬੀਲ ਸਾਹਿਬ ਹੋਰਾਂ ਕਹਿ ਚੀਜ਼ਾਂ ਖਰੀਦੀ ਕੇ ਆਣੀ ਕੇ ਰੱਖੀ ਛੋੜੀਆਂ। ਮਾਸ਼ਾਅੱਲਾ ਮਾਸ਼ਾਅੱਲਾ, ਤੱਕੀ ਸਕਦੇ ਹੋ ਨਵਾਂ ਸੋਫਾ ਸੈੱਟ, ਇਹ ਨਵੇਂ ਟੇਬਲ ਸ਼ੇਬਲ ਹਰ ਚੀਜ਼, ਇਹ ਨਾਲ ਡੱਬੇ ਛੱਬੇ ਵੀ ਲੱਗੇ ਹੋਏ ਨੇ, ਹਰ ਚੀਜ਼ ਇਹ ਤੱਕੀ ਸਕਦੇ ਹੋ, ਇਹ ਤੱਕੋ ਨਾਲ ਡੱਬੇ ਵੀ ਲੱਗੇ ਹੋਏ ਨੇ, ਇਹ ਤੱਕੋ ਚੀਜ਼ਾਂ ਵਿੱਚ ਬਾਹਣੇ ਵਾਸਤੇ ਮਾਸ਼ਾਅੱਲਾ, ਇਹ ਸਿਆਣੇ ਗੱਦੀਆਂ ਪੂਰਾ ਸੈੱਟ ਜਿਹੜਾ ਮਾਸ਼ਾਅੱਲਾ ਸੋਹਣਾ ਲੱਗਣਾ ਪਿਆ ਵਾ। ਅੱਲਾਹ ਤਾਲਾ ਮਾੜਿਆਂ ਬੱਚਿਆਂ ਨੇ ਨਸੀਬ ਕਰੇ, ਅਤੇ ਅੱਲਾਹ ਤਾਲਾ ਮਾੜਿਆਂ ਬੱਚਿਆਂ ਕੀ ਕਾਮਯਾਬੀ ਕਰੇ, ਆਪਣੀ ਮਿਹਨਤ ਨਾਲ ਤੱਕੀ ਸਕਦੇ ਮਾੜੇ ਭੈਣਾਂ ਭਰਾਓ, ਮਾੜੇ ਆਪਣੇ ਬੱਚਿਆਂ ਆਪਣੀ ਮਿਹਨਤ ਕੀਤੀ, ਮਿਹਨਤ ਨਾਲ ਸਭ ਕੁਝ ਆਪਣੇ ਘਰਾਂ ਨਾਲ ਸਜਾਵਟ ਬਣਾਈ ਨੇ, ਅੱਲਾਹ ਤਾਲਾ ਇਸ ਨਾਲੋਂ ਵੀ ਮਾੜਿਆਂ ਬੱਚਿਆਂ ਕੀ ਜ਼ਿਆਦਾ ਦੇਵੇ। ਇਸੇ ਮਾਰੇ ਸਾਰਿਆਂ ਬੱਚਿਆਂ ਕੀ ਆਖਣੀਆਂ, ਪਾਕਿਸਤਾਨ ਵਿੱਚ ਵੀ ਮਿਹਨਤ ਕਰਨ ਵਾਲੇ ਜਿਹੜੇ ਬੱਚੇ ਨੇ ਉਹਨਾਂ ਕੀ ਸਭ ਕੁਝ ਮਿਲੀ ਜਾਣਾ, ਸਭ ਕੁਝ ਬਣਾਈ ਸਕਣੇ ਨੇ ਜਾਂ ਮਿਹਨਤ ਕਰੋ ਤਾਂ। ਹੁਣ ਆਖੋ ਜੇ ਕਿਸੇ ਨੇ ਅੱਗੇ ਹੱਥ ਅੱਡੀ ਕੇ ਬੈਠੇ ਰਹਾਂ, ਕਿਸੇ ਕੀ ਆਖਾਂ ਜਾਂ ਆਏ ਫਲਾਣਾ ਮਾੜਾ ਇੰਗਲੈਂਡ ਗਿਆ ਵਾ, ਫਲਾਣਾ ਮਿੱਕੀ ਇਹ ਚੀਜ਼ ਦੇਸੀ, ਫਲਾਣਾ ਮਿੱਕੀ ਉਹ ਚੀਜ਼ ਦੇਸੀ, ਉਹ ਤਾਂ ਕਦੇ ਹੋਈ ਨਹੀਂ ਸੀ। ਆਪਣੇ ਕੋਲ ਹੈ ਤਾਂ ਸਭ ਕੁਝ ਹੈ, ਜਾਂ ਆਪਣੇ ਕੋਲ ਨਹੀਂ ਹੈ ਤਾਂ ਸਭ ਕਿਸੇ ਕੋਲ ਵੀ ਨਹੀਂ ਹੈ। ਯਕੀਨ ਆਪਣਾ ਹਰ ਚੀਜ਼ ਹੋਵੇ ਤਾਂ ਮਾਸ਼ਾਅੱਲਾ ਮਾਸ਼ਾਅੱਲਾ ਜਿਹੜਿਆਂ ਨਾਲ ਬੜੀ ਮੁਬਾਰਕਾਂ, ਮਾਸ਼ਾਅੱਲਾ ਮਾਸ਼ਾਅੱਲਾ, ਯਕੀਨ ਕਰੋ ਮਿੱਕੀ ਤਾਂ ਇਤਨਾ ਸੋਹਣਾ ਲਗਾ ਨਾ, ਸੂਫੇ ਕੋਣੀ ਮਿੱਕੀ ਟੇਬਲ ਵੀ ਪਸੰਦ ਆਇਆ, ਨਹੀਂ ਟੇਬਲ ਵੀ ਮਾਸ਼ਾਅੱਲਾ, ਸੂਫੇ ਵੀ ਮਾਸ਼ਾਅੱਲਾ ਸੋਹਣੇ ਨੇ, ਛੋ ਸੂਫਿਆਂ ਦੀ ਸ਼ਕਲ ਵੀ ਸੋਹਣੀ ਹੈ, ਤੇ ਤਾਂ ਚਾਹਣੀ ਨਹੀਂ ਹੁੰਦਾ ਦੋ ਤਰੇ ਬੰਦੇ ਚਾਹੀਦੇ ਨੇ ਬਚਾਉਣ ਨੂੰ। ਚੱਲ ਕੋਈ ਗੱਲ ਨਹੀਂ, ਚੰਗਾ ਹੈ ਆਮਨਾ ਹੀ ਚਾਹਣ ਲਈ, ਹਾਂ ਨਾਲੇ ਸ਼ੀਸ਼ਾ ਪਤਾ ਨਹੀਂ ਲਾਇਆ ਨਾ ਕਿਵੇਂ ਆਮਨਾ ਹੀ ਨਾਲ। ਚੱਲ ਨਾ ਨਾ ਠੀਕ ਹੈ, ਵੈਸੇ ਵੀ ਇਸ਼ੂ ਆਉਂਦਾ ਸ਼ੀਸ਼ਾ ਸੁਣਾ ਲੈਣਾ ਪਿਆ ਵਾ ਆਮਨਾ, ਤਾਂ ਫਿਰ ਤੁਸੀਂ ਪਤਾ ਇਹ ਵੀ ਅਜੇ ਵੀ ਖਤਰਾ ਜੇ ਚਾਹੀ ਕੋਈ ਚੀਜ਼ ਮਾਰੇ ਤਾਂ ਜਣੇ ਆ। ਚਲੋ ਹੁਣ ਅੱਡਾ ਤਾਂ ਨਹੀਂ ਕਰਨ ਲੱਗੀ ਤਾਂ ਚਲੋ ਠੀਕ, ਨਾ ਇਹ ਖੋਲੀ ਹੋਣੀ ਕਦੀ ਕਦੀ, ਉਹ ਇਹ ਤੁਸੀਂ ਉਸ ਕੀ ਦੱਸੋ ਹੀ ਨਾ ਨਾ, ਆ ਉਹ ਚਲੇ ਸਾਧ ਉਸ ਤੱਕੀ ਕਿੰਦਾ ਉਹ ਤੂੰ ਆਈ ਨਾ ਬਾਹਰੋਂ ਫਟੋ ਫਟ ਆਈ ਦਾ ਉਹ ਸਿੰਜੋ ਜੇ ਤੱਕ ਇਹ ਡੁੱਡ ਰਹੇ ਦੇ ਪਹਿਲੇ ਉਹਨਾਂ ਨੂੰ ਗੇੜੀ ਕੋਣੀ ਤੇ ਇਹ ਠਾਈ ਦਾ ਨਹੀਂ ਕਿਦਾ ਨਾ ਖੁੱਲੀ ਗਏ, ਉਸ ਤੋਂ ਬਾਅਦ ਉਹ ਫਿਰ ਖਲਦੀ ਕੋਣੀ ਤੂੰ ਉਸ ਤੋਂ ਬਗੈਰ ਵੀ ਤਾਂ ਅੱਧੇ ਆ ਨਾ, ਉਸ ਤੋਂ ਬਗੈਰ ਵੀ ਅਸਾਂ ਅੱਧੇ ਆ ਮਾੜੇ ਭੈਣਾਂ ਭਰਾ, ਤੇ ਮਾੜੇ ਫੈਨ ਹੈ ਤੇ ਸਨ ਕਾਲਗੜ ਵਾਲੇ, ਤੇ ਮਾੜੀਆਂ ਪੜ੍ਹਾਈਆਂ ਨੇ ਤੈਬਾ ਕੈਨਾਤ, ਉਸਦੀ ਅੰਮੀ ਸਾਰੀ ਫੈਮਿਲੀ ਜਿਹੜੀ ਹੈ ਉਸ ਦਿਹਾੜੇ ਤੋਂ ਕੀ ਦੁਆ ਸਲਾਮ ਦੇਣੇ ਸਨ, ਬੂਹ ਆਖਣੇ ਸਨ, ਸਾਡਾ ਪਿਆਰ ਵੀ ਦਿਆਂ, ਨਿੱਕੀਆਂ ਸਾਡਾ ਨਿੱਕਾ ਭਰਾ ਹੈ ਨਿੱਕਾ ਜਿਹਾ ਲਾਡਲਾ ਜਿਹਾ, ਤੇ ਦੁਆ ਸਲਾਮ ਵੀ ਸਾਡਾ ਦਿਆਂ, ਤੇ ਅੱਲਾ ਉਹਨਾਂ ਕੀ ਵੀ
ਤੇ ਉਹ ਆਣੀ ਸੀ ਜਿਹੜਾ ਕਿਸੇ ਨਾਲ ਦੋਵੇਂ ਮੀਆਂ ਬੀਵੀ ਚੈਨਲ ਜਿਹਨਾਂ ਬਣਾਇਆ ਵਾ ਉਹ ਮਾੜੇ ਭਤਰੀਏ ਨੇ ਉਹਨਾਂ ਦੀ ਅੰਮੀ ਆਖਣੀ ਸੀ ਉਹ ਜਿਹੜੇ ਅਨਸਾ ਤੇ ਨੁਮਾਨ ਅੱਲਾ ਉਹਨਾਂ ਕੀ ਵੀ ਕਾਮਯਾਬੀ ਦੇਵੇ ਜਿਹੀਆਂ ਉਹਨਾਂ ਨਾਲ ਮੈਂ ਸਪੈਸ਼ਲ ਨਾ ਕੀ ਦੱਸ ਜੋ ਮਾੜੇ ਪੁੱਤਰੇ ਨੇ ਦੋਸਤ ਹਨ ਤਾਂ ਉਹਨਾਂ ਫਿਰ ਸਪੈਸ਼ਲ ਕਾਲ ਕਰੀ ਕੇ ਬਾਇਆ ਬੜਾ ਭਤਰੀਆ ਤਾਂ ਅਸਾਂ ਸਾਰਿਆਂ ਵਾਸਤੇ ਦੁਆ ਅੱਗੋਂ ਹਾਂ ਅੱਲਾ ਤਾਲਾ ਸਾਰਿਆਂ ਕੀ ਨੇਕ ਬਣਾਏ ਤੇ ਨੇਕ ਕੰਮ ਕਰਨੇ ਹੁਣ ਮੈਂ ਤਾਂ ਆਈ ਸਾਂ ਬਾਰਿਸ਼ ਵਿੱਚ ਟੁਰਨੀ ਟੁਰਨੀ ਇਹ ਤਾਂ ਅੱਗੇ ਆਈਆਂ ਤਾਂ ਸਪਰੈਜ਼ ਲੱਭਾ ਸਪਰੈਜ਼ ਲੱਭਾ ਤੇ ਮੈਂ ਆਣੀ ਸਾਂ ਗੱਡੀ ਉੱਪਰ ਚੋਰੀ ਅੱਛਣਾ ਉੱਥੇ ਮਹਾਤਮਾ ਉੱਪਰ ਚਾਬੀ ਪਈ ਵੀ ਆਮਨਾ ਇਹ ਮਾਮੂ ਤਾੜੇ ਵਾਸਤੇ ਆਉਂਦੇ ਪਏ ਨੇ ਇਹ ਤਾੜੇ ਵਾਸਤੇ ਨੇ ਇਹ ਅੱਗੇ ਨੇ ਬਾਅਦ ਚ ਨੀ ਪਟਾਕਣ ਲੱਗੀ ਆਪੂ ਜਾਚਾ ਦੱਸਣੇ ਫਿਰ ਮਾਰਨੇ ਉਸਕੀ ਨਾ ਕਰ ਚਲੋ ਮਾੜੀਓ ਭੈਣੋ ਤੇ ਮਾੜੀਓ ਭਣਾਈਓ ਜਲਦੀ ਜਲਦੀ ਹੁਣ ਮਾੜੇ ਚੈਨਲ ਕੀ ਸਬਸਕ੍ਰਾਈਬ ਵੀ ਕਰੀ ਛੋੜੋ ਤੇ ਫੈਲੋ ਵੀ ਜਲਦੀ ਜਲਦੀ ਕਰੀ ਛੋੜੋ ਤੇ ਟੱਲੀ ਵੀ ਮਾਰੀ ਛੋੜੋ ਜਲਦੀ ਜਲਦੀ ਫਿਰ ਮਾੜੇ ਥੋੜੇ ਜੇ ਵਧੀ ਜਾਣਾ ਕੁਝ ਮੈਂ ਨਬੀਲ ਕੋਲ ਪਹਿਲੇ ਪਹਿਲੇ ਵਧਣੀ ਰਮਾ ਥਾ ਇਸ ਕੋਲ ਕਟਾਣਾ ਹੈਨਾ ਹੁਣ ਵਧੀ ਗਏ ਹੁਣ ਕਹੇ ਉਹ ਮਾਰੇ ਸੋ ਹੈ ਤਾਂ ਹੁਣ ਵੀ ਜਿਹੜਾ ਨਾ ਅੱਲਾ ਸੋਣਾ ਸਾਰਿਆਂ ਕੀ ਮੈਂ ਤਾਂ ਸਾਰਿਆਂ ਵਾਸਤੇ ਕਿ ਯਕੀਨ ਕਰੋ ਰਾਤੀ ਮਾਤਮਾ ਉੱਪਰ ਗਈਆਂ ਤੇ ਕਿਸਮ ਨਾ ਉੱਥੇ ਬੱਚੇ ਇਤਨੇ ਪਿਆਰ ਮੁਹੱਬਤ ਵਾਲੀਆਂ ਔਰਤਾਂ ਇਤਨੇ ਪਿਆਰ ਮੁਹੱਬਤ ਵਾਲੇ ਬੱਚੇ ਖਾਸ ਤੌਰ ਪਰ ਕਸਮੇ ਉੱਠੀ ਕੇ ਆਏ ਮਿਲਣ ਵਾਸਤੇ ਆਣੇ ਨੇ ਖਾਲਾ ਅਸਾਂ ਤੁਸਾਂ ਨੇ ਸਪੈਸ਼ਲ ਵੀਡੀਓ ਤੱਕਣਿਆ ਤੇ ਤੁਸਾਂ ਉਹ ਆਣੇ ਨੇ ਸਭ ਨਾਲ ਤੁਸਾਂ ਨੇ ਵੀਡੀਓ ਨਹੀਂ ਅਸਾਂ ਕੀ ਕੋਈ ਨਹੀਂ ਹੈ ਤੁਸਾਂ ਕੀ ਅਸਾਂ ਖਾਣੇ ਨਹੀਂ ਕੋਈ ਖਾਲਾ ਜਿਹੜੀਆਂ ਤੁਸਾਂ ਗੱਲਾਂ ਕਰਨੇ ਹੋ ਨਾ ਯਕੀਨ ਕਰੋ ਤੁਸਾਂ ਖਾਲਾ ਗੱਲਾਂ ਬਣਾਉਣੇ ਕਿਵੇਂ ਹੋ ਮੈਂ ਮੜਿਆ ਬੱਚਾ ਮੈਂ ਵੀ ਆਮ ਬੰਦਿਆਂ ਨਾਲ ਗੱਲਾਂ ਹੀ ਕਰਨੀਆਂ ਮੈਂ ਕਿਹੜਾ ਕੋਈ ਤੋਬਾ ਕੋਈ ਆ ਅੱਲਾ ਨਾ ਮੈਂ ਫਰਿਸ਼ਤਾਂ ਜੋ ਮੈਂ ਗੱਲ ਆਉਣਾ ਨਹੀਂ ਖਾਲਾ ਤੁਸਾਂ ਦੀਆਂ ਗੱਲਾਂ 'ਚ ਜਿਤਨਾ ਸਰੂਰ ਜਿਤਨਾ ਪਿਆਰ ਜਿਤਨਾ ਮੁਹੱਬਤ ਹੈ ਯਕੀਨ ਕਰੋ ਇਤਨਾ ਤੁਸਾਂ ਨੇ ਖਾਣਿਆਂ ਵਾਲੀ ਸਾਈਡ ਵੀ ਨਹੀਂ ਹੈ ਤੇ ਅਸਾਂ ਤੁਸਾਂ ਦੀਆਂ ਗੱਲਾਂ ਹੀ ਸੁਣੀ ਕੇ ਤਾਂ ਯਕੀਨ ਕਰੋ ਅਸਾਂ ਕਿ ਸਕੂਨ ਆਈ ਜਾਣਾ ਤੇ ਉਹਨਾਂ ਨਾਲ ਸ਼ੁਕਰੀਆ ਥੈਂਕ ਯੂ ਉਹਨਾਂ ਨੇ ਤੇ ਅੱਲਾ ਤਾਲਾ ਸਾਰਿਆਂ ਕੇ ਖੁਸ਼ ਰੱਖੇ ਠੀਕ ਹੈ ਤੂੰ ਆ ਜਾ ਤੂੰ ਪਿੰਡ ਲਸ ਮਸਜਿਦ ਬਲੱਥੀ ਯਾਰਵੀਂ ਸ਼ਰੀਫ ਮਾੜੇ ਪੈਣਾ ਭਰਾ ਦੇਣੇ ਤਰਾਇਆ ਮਾੜੇ ਭੈਣਾ ਭਰਾਓ ਫਿਲਹਾਲ ਯਾਰਵੀਂ ਸ਼ਰੀਫ ਦੇਈ ਉੜੀ ਮਾਸ਼ਾ ਅੱਲਾ ਮਸਜਿਦ ਵਿੱਚ ਬੱਚਿਆਂ ਕੀ ਅੱਲਾ ਤਾਲਾ ਕਬੂਲ ਕਰੇ
ਸਾਰੇ ਭੈਣਾਂ ਭਰਾ ਨੇ ਦੁਆ ਹੋਣੀ ਚਾਹੀਦੀ ਮਾਸ਼ਾਅੱਲਾ ਦੁਆ ਕਰਨਾ ਅੱਛਾ ਅੱਛੇ ਦਿਨ ਕੂਲਰ ਲਗਾ ਭੈਣਾਂ ਬਰੋ ਤੱਕੋ ਐਂ ਨੇਕੀ ਨੂੰ ਕੰਮ ਆਉਣਾ ਨਹੀਂ ਜੇ ਦੌੜਨਾ ਹੋਣੀ ਆ ਫਿਰ ਤੁਸਾਂ ਦਾ ਮਸਲਾ ਬਣੀ ਜਾਇਆ ਮਾੜੇ ਭੈਣਾਂ ਭਰਾ ਰੋਡ ਨਾਲ ਕੰਮ ਸ਼ੁਰੂ ਹੋਇਆ ਤਾਂ ਕੋਈ ਇੱਕ ਮਸ਼ੀਨ ਲੱਗੀ ਅਤੇ ਦੂਈ ਖਰਾਬ ਹੋ ਗਈ ਉਸਤਾਦ ਔਰ ਇਸ ਠੀਕ ਕਰਨੇ ਪਏ ਮਾਸ਼ਾ ਅੱਲਾਹ ਅੱਛਾ ਇਸ ਨਾਲ ਇੰਜਨ ਟਰੈਕਟਰ ਨਾਲ ਨਾ ਟਰੈਕਟਰ ਨਾਲ ਇੰਜਨ ਹੋਇਆ ਜੀ ਸਰਕਾਰ ਪੀਟਰ ਇੰਜਨ ਅੱਛਾ ਅੱਛਾ ਬੜੀ ਮਿਹਨਤ ਵਾਲੀ ਗੱਲ ਹੈ ਜੀ ਇੰਗਲੈਂਡ ਤਸਵੀਰ ਗੱਲੂਆ ਬਸ ਸ਼ੌਕ ਨਾ ਰੱਖੀਆਂ ਇਹ ਆਪਣੀ ਮਿਹਨਤ ਕਰੀ ਤੇ ਖਾਣਾ ਬੜੇ ਔਖੀ ਗੱਲ ਹੈ ਉਸਤਾਦ ਜੀ ਹੁਣ ਪਸੀਨਾ ਕੱਢੀ ਦੇ